ਅਸੀਂ ਇੱਥੇ ਹੁਣ ਤੀਆਂ ਦਾ ਅਰੇਂਜਮੈਂਟ ਕੀਤਾ ਹੋਇਆ, ਜਿਵੇਂ ਕਿ ਮਹਿਕ ਜੀ, ਸ਼ਿਵਾਨੀ ਭਾਬੀ ਐਂਡ ਮੋਨਿਕਾ ਭਾਬੀ ਨੇ, ਇਹ ਤਿੰਨੋਂ ਜਾਣੇ ਜਿਹੜੇ ਸਾਡੇ ਜੱਜਸ ਨੇ, ਜੋ ਕਿ ਸਾਰੇ ਅਰੇਂਜਮੈਂਟ ਨੂੰ ਜਿਹੜਾ ਮੇਨਟੇਨ ਕਰਦੇ ਨੇ ਹਰ ਸਾਲ ਆਪਣੇ ਨਾਲ, ਗਿੱਧਾ ਐਂਡ ਬੋਲੀਆਂ ਮੋਡਲਿੰਗ ਅਤੇ ਪ੍ਰੋਪਸ ਨਾਲ ਆਪਾਂ ਇੱਥੇ ਸੈਲੀਬ੍ਰੇਟ ਕਰਦੇ ਹਾਂ। ਜਿਵੇਂ ਜਿਵੇਂ ਕਿ ਵਿਰਸਾ ਖਤਮ ਹੁੰਦਾ ਜਾ ਰਿਹਾ, ਬਟ ਆਪਾਂ ਹਮੇਸ਼ਾ ਹੀ ਇਹਨੂੰ ਮੇਨਟੇਨ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਹਰ ਸਾਲ ਆਪਾਂ ਤੀਆਂ ਦਾ ਤਿਉਹਾਰ ਕਿਸੇ ਨਾ ਕਿਸੇ ਬਾਗਾਂ ਵਿੱਚ ਤਾਂ ਨਹੀਂ ਮਨਾਉਂਦੇ, ਬਟ ਕਿਸੇ ਨਾ ਕਿਸੇ ਪਲੇਟਫਾਰਮ 'ਤੇ ਆਪਾਂ ਜ਼ਰੂਰ ਇਹਨੂੰ ਲੈ ਕੇ ਆਉਂਦੇ ਹਾਂ, ਤਾਂ ਕਿ ਸਾਡਾ ਇਹ ਪੰਜਾਬੀ ਕਲਚਰ ਜਿਹੜਾ ਜਿੰਦਾ ਰਹਿ ਸਕੇ। ਤਾਂ ਮੈਂ ਪਹਿਲਾਂ ਵੀ ਜਦੋਂ ਅਨਮੈਰਿਡ ਸੀ ਉਦੋਂ ਵੀ ਮੈਂ ਇਸ ਵਿੱਚ ਲਾਈਕ ਪਾਰਟੀਸਪੇਟ ਕਰਦੀ ਸੀ, ਅਤੇ ਜਦੋਂ ਆਫਟਰ ਮੈਰਿਜ ਵੀ ਮੈਂ ਪਾਰਟੀਸਪੇਟ ਲਾਈਕ ਕਰਦੀ ਹਾਂ, ਅਤੇ ਮੈਨੂੰ ਬਹੁਤ ਵਧੀਆ ਲੱਗਦਾ ਕਿ ਮੈਂ ਇਹਨਾਂ ਦੇ ਨਾਲ ਇਸ ਟੀਮ ਵਿੱਚ ਪਾਰਟੀਸਪੇਟ ਕਰਦੀ ਹਾਂ। ਥੈਂਕ ਯੂ ਸੋ ਮਚ। ਹਾਂਜੀ, ਅਸੀਂ ਪਹਿਲਾਂ ਸਾਵਣ ਦੇ ਮਹੀਨੇ 'ਚ ਦੇਖੋ ਤੀਜ ਦਾ ਤਿਉਹਾਰ ਅਸੀਂ ਮਨਾ ਰਹੇ ਹਾਂ। ਪਹਿਲਾਂ ਠੀਕ ਹੈ ਤੁਹਾਡੀ ਗੱਲ ਕਿ ਬਾਗਾਂ 'ਚ ਮਨਾਉਂਦੇ ਸੀ, ਬਟ ਅਸੀਂ ਪੰਜਾਬੀ ਵਿਰਸਾ ਆਪਣਾ ਨਹੀਂ ਭੁੱਲੇ, ਇਸ ਕਰਕੇ ਅਸੀਂ ਹੋਟੇਲਸ ਦੇ ਵਿੱਚ ਜਾਂ ਆਪਣਾ ਪ੍ਰੋਪਰ ਡਰੈਸਅਪ ਹੋ ਕੇ, ਤਾਂ ਕਿ ਸਭ ਨੂੰ ਅਸੀਂ ਪੰਜਾਬੀ ਕਲਚਰ ਦੀ ਯਾਦ ਲਾਈਏ ਕਿ ਪੰਜਾਬੀ ਕਲਚਰ ਨੂੰ ਕੋਈ ਨਾ ਭੁੱਲੇ। ਥੈਂਕ ਯੂ। ਪਹਿਲਾਂ ਪਿੰਗਾਂ ਕਿਉਂ ਬਣਾਉਂਦੇ ਜੀ ਬਾਗਾਂ ਦੇ ਵਿੱਚ, ਕਈ ਤਰ੍ਹਾਂ ਦੇ ਪੰਜਾਬੀ ਕਲਚਰ ਨੂੰ ਦੂਜਿਆਂ ਦੇ ਪ੍ਰੋਗਰਾਮ ਕਰਦੇ ਹੁਣ ਉਹ ਚੀਜ਼ਾਂ ਦੇਖਣ ਨੂੰ ਨਹੀਂ ਮਿਲ ਰਹੀਆਂ, ਲੇਕਿਨ ਫਿਰ ਵੀ ਹਾਂਜੀ, ਅਸੀਂ ਬਹੁਤ ਕੋਸ਼ਿਸ਼ ਕੀਤੀ ਹੈ ਕਿ ਇੱਥੇ ਅਸੀਂ ਪੰਜਾਬੀ ਕਲਚਰ ਨੂੰ ਆਪਣੇ ਅੱਗੇ ਲੈ ਕੇ ਆਈਏ, ਤਾਂ ਕਿ ਅਸੀਂ ਸਾਰੇ ਉਸਨੂੰ ਇੰਜੋਏ ਕਰ ਸਕੀਏ। ਔਰ ਸਾਡੀ ਇਹੀ ਕੋਸ਼ਿਸ਼ ਹੈ ਕਿ ਜਿੰਨੇ ਵੀ ਇੱਥੇ ਸਾਰੇ ਮੈਂਬਰਸ ਹੈ ਉਹ ਸਾਰਾ ਕੁਝ ਇੱਥੇ ਪੰਜਾਬੀ ਵਿਰਸੇ ਨੂੰ ਇੰਜੋਏ ਕਰ ਸਕਣ। ਬਹੁਤ ਅੱਛੀ ਤਰ੍ਹਾਂ ਮਨਾ ਰਹੇ ਆ, ਇਹ ਪੰਜਾਬ ਦਾ ਬਹੁਤ ਪੁਰਾਣਾ ਵਿਰਸਾ ਆ ਜਿਹਨੂੰ ਅਸੀਂ ਬਹੁਤ ਇੰਜੋਏ ਨਾਲ ਮਨਾ ਰਹੇ ਹਾਂ ਅੱਜ। ਬੋਲੀ, ਤੀਆਂ ਤੀਜ ਲੱਗੀਆਂ ਜੋਰੋ ਜੋਰ ਲੱਗੀਆਂ, ਤੀਆਂ ਤੀਜ ਲੱਗੀਆਂ ਜੋਰੋ ਜੋਰ ਲੱਗੀਆਂ, ਮੇਰੇ ਪੇਕੇ ਆਂਦੇ ਪਿੰਡ ਤੀਆਂ ਜੋਰ ਲੱਗੀਆਂ, ਮੇਰੇ ਪੇਕੇ ਆਂਦੇ ਪਿੰਡ ਤੀਆਂ ਜੋਰ ਲੱਗੀਆਂ, ਮੇਰੇ ਪੇਕੇ ਆਂਦੇ ਪਿੰਡ ਤੀਆਂ ਜੋਰ ਲੱਗੀਆਂ। ਸਾਵਣ ਦੇ ਮਹੀਨੇ 'ਚ ਤੀਜ ਦਾ ਤਿਉਹਾਰ ਸਭ ਤੋਂ ਫੇਮਸ ਤਿਉਹਾਰ ਹੈ, ਸਾਡੇ ਪੰਜਾਬੀ ਕਲਚਰ ਨੂੰ ਦਰਸਾਉਂਦਾ ਹੈ। ਜੋ ਲੋਕ ਪੰਜਾਬ ਦੇ ਹੈਗੇ, ਜੋ ਆਪਣੇ ਵਿਰਸੇ ਨੂੰ ਭੁੱਲ ਚੁੱਕੇ ਆ, ਅਸੀਂ ਕੋਸ਼ਿਸ਼ ਕਰਦੇ ਹਾਂ ਬਾਗਾਂ ਦੇ ਵਿੱਚ ਨਹੀਂ ਜਾ ਸਕਦੇ, ਅਸੀਂ ਇੱਕ ਹੋਟਲ 'ਚ ਜਾਂ ਕਿਸੇ ਜਗ੍ਹਾ 'ਤੇ ਉਸਨੂੰ ਮੇਨਟੇਨ ਰੱਖੀਏ। ਅਸੀਂ ਇਹ ਹਰ ਸਾਲ ਮਨਾਉਂਦੇ ਹਾਂ, ਹਰ ਸਾਲ ਪੰਜਾਬੀ ਕਲਚਰ ਦੇ ਨਾਲ ਰਿਲੇਟਿਡ ਜੋ ਪਤੰਗ ਹੋਏ ਸਾਡੇ ਕੋਲ, ਪੱਖੀਆਂ ਹੋਈਆਂ, ਜੋ ਛੱਜ ਹੋਇਆ, ਉਹ ਸਾਰਾ ਕੁਝ ਆਪਣਾ ਕੱਢ ਕੇ ਲਿਆਉਣੇ, ਜਿੱਥੋਂ ਜਿਹਦੇ ਤੋਂ ਜੋ ਕੁਝ ਵੀ ਨਿਕਲਦਾ ਉਸ ਚੀਜ਼ ਨੂੰ ਕੱਢ ਕੇ ਲੈ ਕੇ ਆਉਂਦਾ ਹੈ, ਤਾਂ ਕਿ ਅਸੀਂ ਪੰਜਾਬ ਨੂੰ, ਆਪਣੇ ਪੰਜਾਬ ਨੂੰ ਜਿੰਦਾ ਰੱਖੀਏ। ਅੱਜ ਕੱਲ੍ਹ ਉਹ ਪੇੜ ਨਹੀਂ ਰਹੇ, ਅੱਗੇ ਪੀਂਗਾ ਝੂਟਦੇ ਹੁੰਦੇ ਸੀ, ਹਾਂਜੀ ਹੋਟਲਾਂ ਦੇ ਵਿੱਚ ਮਨਾਇਆ ਜਾਂਦਾ। ਹਾਂਜੀ ਹਾਂਜੀ, ਅੱਜ ਕੱਲ੍ਹ ਇਹ ਗੱਲ ਹੈ ਕਿ ਪੇੜਾਂ ਦੀ ਕਮੀ ਵੀ ਹੋ ਗਈ ਹੈ, ਡੀਫੋਰੈਸਟ੍ਰੇਸ਼ਨ ਦੇ ਕਰਕੇ ਪੇੜ ਕੱਟੇ ਜਾ ਰਹੇ ਹੈ, ਜਿਹਨਾਂ ਕਰਕੇ ਰੁੱਖ ਸਾਨੂੰ ਦੇਖਣ ਨੂੰ ਨਹੀਂ ਮਿਲਦੇ, ਇਸ ਕਰਕੇ ਸਾਰਾ ਬੰਦ ਕਮਰਿਆਂ 'ਚ ਹੋ ਕੇ ਰਹਿ ਗਿਆ ਸਾਰਾ ਮਾਹੌਲ। ਅਸੀਂ ਚਾਹੁੰਦੇ ਖੁੱਲ੍ਹੇ, ਫਿਰ ਵੀ ਪੰਜਾਬੀ ਵਿਰਸਾ ਸਾਡਾ ਜਾਗਦਾ ਹੈ, ਸਾਡੇ ਅੰਦਰੋਂ ਜਾਗਦਾ ਕਿ ਅਸੀਂ ਉਸਨੂੰ ਕਾਇਮ ਰੱਖਣਾ, ਇਸ ਕਰਕੇ ਅਸੀਂ ਵਾਰ ਵਾਰ ਉੱਠ ਕਹਿੰਦੇ ਹਾਂ, ਤੀਆਂ ਦੇ ਤਿਉਹਾਰ ਮਨਾਉਂਦੇ, ਬਾਹਰ ਮਨਾਉਂਦੇ, ਸਕੂਲਾਂ ਕਾਲਜਾਂ ਵਿੱਚ ਵੀ ਮਨਾਇਆ ਜਾਂਦਾ। ਮੈਂ ਇੱਕ ਲੈਕਚਰਰ ਹੈ, ਮੈਂ ਗੀਤਾ ਭਵਨ ਸਕੂਲ ਦੇ ਵਿੱਚ ਪੜ੍ਹਾਉਂਦੀ ਹਾਂ, ਮੈਂ ਉੱਥੇ, ਅਸੀਂ ਉੱਥੇ ਵੀ ਕਰਨਾ ਸੈਟਰਡੇ, ਉੱਥੇ ਵੀ ਸਾਡਾ ਹੈਗਾ ਫੰਕਸ਼ਨ, ਹਰ ਸਕੂਲ ਦੇ ਵਿੱਚ ਵੀ ਪੰਜਾਬੀ ਵਿਰਸੇ ਨੂੰ ਕਾਮਯਾਬ ਰੱਖਿਆ ਜਾ ਰਿਹਾ। ਅਸੀਂ ਉੱਥੇ ਸੈਲੀਬ੍ਰੇਟ ਕਰ ਰਹੇ, ਅਸੀਂ ਉੱਥੇ ਪ੍ਰੋਪਰ ਦੇਖੋ ਸਪੇਸ ਦੇ ਹਿਸਾਬ ਨਾਲ ਹੁੰਦਾ, ਉਹ ਸਾਡੇ ਕੋਲ ਸਪੇਸ ਨਾ ਹੋਣ ਕਰਕੇ ਅਸੀਂ ਇੱਥੇ ਚਰਖਾ ਅਰੇਂਜ ਨਹੀਂ ਕਰ ਪਾਏ, ਸਾਡਾ ਮਨ ਸੀਗਾ, ਉੱਥੇ ਸਪੇਸ ਬਹੁਤ ਜ਼ਿਆਦਾ ਹੋਣ ਕਰਕੇ ਅਸੀਂ ਚਰਖਾ ਅਲੱਗ ਤੋਂ ਅਰੇਂਜ ਕਰਾਂਗੇ, ਕੂਆਂ ਅਲੱਗ ਤੋਂ ਅਰੇਂਜ ਕਰਾਂਗੇ ਜਿਹੜਾ ਪੰਜਾਬੀ ਵਿਰਸੇ ਨੂੰ ਦਰਸਾਉਂਦਾ ਹੈ, ਔਰ ਪ੍ਰੋਪਰ ਪ੍ਰੋਪਸ, ਅਸੀਂ ਪ੍ਰੋਪਸ ਇੱਥੇ ਵੀ ਲੈ ਕੇ ਆਏ ਹਾਂ, ਉੱਥੇ ਅਸੀਂ ਹੋਰ ਪ੍ਰੋਪਸ ਵੀ ਲੈ ਕੇ ਆਵਾਂਗੇ, ਸਾਰੇ ਪੰਜਾਬ ਕਲਚਰ ਦੇ ਹਿਸਾਬ ਨਾਲ ਸਾਡਾ ਡਾਂਸ ਗਿੱਧਾ ਉਹ ਇੱਧਰ ਵੀ ਹੈਗਾ, ਉੱਧਰ ਵੀ ਅਸੀਂ ਰੱਖਾਂਗੇ, ਜੋ ਕੁਛ ਅਸੀਂ ਕਰ ਸਕੇ ਅਸੀਂ ਪ੍ਰੋਪਰ ਇੱਥੇ ਕੀਤਾ, ਡਾਂਸ ਗਿੱਧਾ ਮਾਡਲਿੰਗ ਵੀ ਕਰਾਈ ਪੰਜਾਬ ਨਾਲ ਦੀ,